जीजा ਉਹ ਗੁੱਸੇ ਨਾਲ ਹੀ ਨਹੀਂ ਉੱਤਰ ਰਿਹਾ ਮੋਟਰਸਾਈਕਲ ਤੋਂ ਕਿ ਪੈਂਟ ਉੱਧੜ ਗਈ ਵਿੱਚੋਂ। ਪੈਂਟ ਤਾਂ ਠੀਕ ਹੈ, ਫਿਰ ਕਿਹੜੀ ਗੱਲ ਨੂੰ ਅੜਿਆ ਖੜਾ ਹੈ? ਅੜਾਣਾ ਤਾਂ ਹੋਰ ਕੀ ਕਰਾਂ, ਚੋਰੀ ਚੋਰੀ ਵਿਆਹ ਕਰਾ ਰਹੇ ਹੋ, ਜੀਜੇ ਨੂੰ ਬੁਲਾਇਆ ਵੀ ਨਹੀਂ ਹੈ। ਉਹ 33 ਕਰੋੜ ਦੇਵੀ ਦੇਵਤੇ ਬਣਾਉਣੇ ਸੌਖੇ ਨੇ, ਜੀਜਾ ਬਣਾਉਣਾ ਬਹੁਤ ਔਖਾ ਹੈ। ਹਾਂ ਨਾ ਹੁਣ ਤੇਰੀ ਕਰੀਏ ਤੂੰ ਬੱਤੀ, ਵੱਡਾ ਦੇਵਤਾ ਨਾ ਤੂੰ ਕਰਨ ਕੀ ਆਇਆ? ਤੈਨੂੰ ਸਿੱਧੀ ਕਰਨ ਆਇਆ, ਜਿਵੇਂ ਤੂੰ ਮੇਰੇ ਮਾਂ ਬਾਪ ਨਾਲ ਲੜ ਕੇ ਆਈ ਹੈ ਨਾ, ਮੈਂ ਵੀ ਇੱਥੇ ਰੁਸ ਕੇ ਆ ਗਿਆ। ਹੁਣ ਜਿੰਨਾ ਚਿਰ ਤੂੰ ਨੀ ਮੇਰੇ ਨਾਲ ਜਾਂਦੀ ਉਹਨਾਂ ਚਿਰ ਨਹੀਂ ਜਾਂਦਾ, ਇੱਥੇ ਹੀ ਰਹੂੰ। ਨਾ ਇਸ ਘਰ 'ਚ ਰਹਿੰਦੇ ਤੈਨੂੰ ਸ਼ਰਮ ਨਹੀਂ ਆਊਗੀ? ਨਾ ਇਹਨੂੰ ਨੀ ਸ਼ਰਮ ਆਈ, ਇਹ ਮੇਰੇ ਘਰ ਕਿੰਨੇ ਦਿਨ ਰਹਿ ਕੇ ਆਈ ਹੈ। ਤੇ ਉਹ ਤਾਂ ਮੇਰੇ ਸਹੁਰੇ ਸੀ ਤੇ ਮੇਰੇ ਕੀ ਨਾਨਕੇ, ਇੱਥੇ ਮੇਰੇ ਵੀ ਤਾਂ ਸਹੁਰੇ ਹੀ ਨੇ। ਊਂ ਤਾਂ ਜੀਜਾ ਚੰਗਾ ਹੋ ਗਿਆ ਤੂੰ ਆ ਗਿਆ, ਮੈਂ ਤਾਂ ਸੋਚੀ ਜਾਂਦਾ ਸੀ ਵੀ ਜੇ ਜੀਜਾ ਨਾ ਆਇਆ ਤਾਂ ਵਿਆਹ ਦੇ ਵਿੱਚ ਗੰਦ ਕੌਣ ਪਾਊ। ਨਾ ਜੀਜਾ ਤੁਹਾਡਾ ਮੋਕ ਮਾਰਦਾ ਵੀ ਜਿਹੜਾ ਗੰਦ ਪਾਊ। ਨਹੀਂ ਨਹੀਂ ਗੰਦ ਤੋਂ ਮਤਲਬ ਕਲੇਸ਼ ਕੌਣ ਪਾਊ, ਐਂ ਤਾਂ ਜੀਜੇ ਦਾ ਹੱਕ ਹੁੰਦਾ ਹੈ ਵਿਆਹ ਦੇ ਵਿੱਚ ਥੋੜਾ ਸ਼ੋਰ ਸ਼ਰਾਬਾ ਕਰਨ ਦਾ, ਸਾਨੂੰ ਤਾਂ ਊਂ ਵੀ ਮਾਣ ਹੈ ਸਾਡਾ ਜੀਜਾ। ਅੜਬ ਅੜਬ ਉੱਤਰਦਾ ਤਾਂ ਠੀਕ ਹੈ, ਨਹੀਂ ਤਾਂ ਮੋਟਰਸਾਈਕਲ ਦਾ ਮੂੰਹ ਗੇਟ ਵੱਲ ਕਰਕੇ ਨਾ ਪਿੱਛੋਂ ਧੱਕਾ ਮਾਰ ਦੋ, ਆਪੇ ਪਾਂਜੂ ਪਿੰਡ ਆਪਣੇ। ਐ ਨਹੀਂ ਮੈਂ ਉੱਤਰਦਾ। ਨਾ ਹੋਰ ਕਿਵੇਂ ਉੱਤਰੇਗਾ, ਐ ਉੱਤਰੂ? ਲੈ ਅੱਛਾ ਜੀਜਾ ਗੱਲ ਸੁਣ, ਐ ਦੱਸ ਕਿ ਹੁਣ ਸਭ ਤੋਂ ਪਹਿਲਾਂ ਰੋਟੀ ਖਾਏਗਾ ਕਿ ਬੋਤਲ ਖੋਲੀਏ ਆਪਾਂ? ਰੋਟੀ ਤਾਂ ਮੈਂ ਖਾ ਕੇ ਆਇਆ, ਆ ਦੂਜਾ ਕੀ ਕਹਿੰਦਾ ਸੀ? ਚੱਲ ਫਿਰ ਬੋਤਲ ਖੋਲ ਲੈਂਦੇ। ਹੌਲੀ ਬੋਲ, ਭੈਣ ਤੇਰੀ ਪਰ ਚਿੱਟੀ ਹੈ, ਸਿੱਧੀ ਬਾਲਾਂ ਨੂੰ ਪੈਂਦੀ ਹੈ। ਵੈਸੇ ਨਾ ਮੈਂ ਦੁਨੀਆ ਦਾ ਪਹਿਲਾ ਮਦਾਰੀ ਵੇਖਿਆ ਜਿਹਨੂੰ ਬਾਂਦਰੀ ਨਚਾਈ ਫਿਰਦੀ ਹੈ। ਚੱਲ ਫਿਰ ਜਲਦੀ ਖੋਲ, ਮੈਨੂੰ ਸ਼ਰਾਬੇ ਹੁਣ ਨੂੰ ਵੀ 3-4 ਘੰਟੇ ਲੱਗ ਜਾਂਦੇ ਆ, ਹੁਣ ਤਾਂ ਡੀਜੇ ਤੇ ਨੱਚਾਂਗੇ। ਜੀਜਾ ਉਹ ਹੁਣ ਤਾਂ 3 ਘੰਟੇ ਹੋ ਗਏ ਪੀਂਦੇ ਨੂੰ, ਹੋਇਆ ਨੀ ਸ਼ਰਾਬੀ ਹਾਲੇ? ਜਿੱਦਣ ਮੈਂ ਰੁੱਸਿਆ ਮੈਂ ਨਾ ਉਦੇ ਘੰਟਾ ਕੁ ਵੱਧ ਹੀ ਲੈਣਾ ਮੈਂ। ਇੱਕ ਤਾਂ ਮੈਨੂੰ ਇਹ ਨੀ ਸਮਝ ਆਉਂਦੀ ਆ ਮੋਰ ਸਾਲਾ ਕਿੰਨਾ ਕੁੱਤੇ ਦਾ ਵੱਢਿਆ, ਭਈ ਯਾਰ ਅਗਲੀ ਤੈਨੂੰ ਚੀਚੀ ਤੇ ਬਹਿਣ ਹੀ ਨੀ ਦਿੰਦੀ, ਅਗਲੀ ਚੂਚਿਆ ਕਰਕੇ ਉਡਾ ਦਿੰਦੀ ਹੈ, ਤੂੰ ਸਾਲਿਆ ਉੜਦਾ ਉੜਦਾ ਆਉਂਦਾ ਹੀ ਕਾਹਨੂੰ? ਓਏ ਤਾਂ ਮੈਨੂੰ ਘਰੇ ਨੀ ਟੇਕ ਕੇ ਬੈਠਣ ਦਿੰਦੀ, ਮੋਰ ਨੂੰ ਚੀਚੀ ਤੇ ਕਿਵੇਂ ਬੈਠਣ ਦੇ ਦੂ?